ਮਾਈਣੇ ਪਦ ਤੂੰ ਮਾਰੇ ਨਾ ਬੜਾ ਖਤਰਨਾਕ ਤੇ ਖੱਟਾ ਪਦ ਮਾਰਿਆ ਕੀ ਖਾਦਾ ਬੜਲਾ ਬੜਲਾ ਕਿਛ ਨਹੀਂ ਸੁਣਾ ਯਾਰ ਕੀ ਖਾਦਾ ਹਾ ਉਹ ਚਾਚਾ ਮੂਲੀਆਂ ਲਈ ਪਰੌਂਠੀਆਂ ਮੂਲੀਆਂ ਲਈ ਪਰੌਂਠੀਆਂ ਡਰਮਾ ਇਕੱਲੇ ਇਕੱਲੇ ਰੱਜ ਲਾਏ ਪਰੌਂਠੀ ਕੱਲ ਬਿੱਲਾ ਛਿੜਕਾ ਪਿਸ਼ਾਬ ਕਰਾ ਹਾ ਫਿਰ ਕੀ ਹੋਇਆ ਉਸੀ ਇੱਕ ਬੰਦਾ ਖਾਦਾ ਤੁੰਦੇ ਇੱਧਰ ਪੁਲਿਸ ਵਾਲੇ ਨਹੀਂ ਫੜਦੇ ਐ ਫਿਰ ਬਿੱਲੇ ਨੇ ਕੀ ਆਖਿਆ ਆਖਾ ਦਾ ਨਾ ਭਰਾਵਾ ਆਪੇ ਫੜਨਾ ਪੈਂਦਾ ਜੰਮੂ ਦੇ ਲੋਕ ਗਰਮੀਆਂ ਚ ਸਾਰੇ ਕੋਲ ਜ਼ਿਆਦਾ ਫਰੂਟ ਕਿਹੜਾ ਖਾਂਦੇ ਨੇ ਦੁਆਣੇ ਤੇ ਕੱਕੜੀਆਂ ਆਉਂ ਕੇਸ਼ੋਰ ਬੰਦ ਕਰਵਾ ਜਾਂ ਨਹੀਂ ਕਰਵਾ ਮਗਰ ਸਕੂਲ ਇਸ ਵਾਰੀ ਪੱਕਾ ਬੰਦ ਕਰਵਾਇਡਿੰਗ ਅੱਖਾਂ ਤੂੰ ਵੀ ਛੁੱਟੀ ਚਾਹੀਦੀ ਜੰਮੂ ਦੇ ਨਿੱਕੇ ਨਿੱਕੇ ਨਿਆਣੇ ਬੜਲਾ ਉੱਠੀ ਦੌੜਾ ਲਾਉਂਦੇ ਨਾ ਆਰਮੀ ਭਰਤੀ ਹੋਣ ਨਾਏ ਉਹਨੇ ਪੁੱਛ ਜੀ ਇੰਡੀਅਨ ਆਰਮੀ ਕੀ ਹੁੰਦੀ ਹੈ ਸਮਝ ਲੱਗਾ ਹੀ ਨਹੀਂ ਦੂਈ ਵਾਰੀ ਮੇਰੇ ਸਾਹਮਣੇ ਗੱਲ ਨਹੀਂ ਕਰਿਆ ਮਾਈ ਜਣੇ ਅਗਰ ਤੂੰ ਕੁਲਚਾ ਖਾਣਾ ਨਾ ਤੇ ਓਲਡ ਸਿਟੀ ਚਲੀ ਆ ਉੱਥੇ ਕੇਸੀ ਰੈਜੀਡੈਂਸੀ ਸਾਹਮਣੇ ਇੱਕ ਦੁਕਾਨ ਹੈ ਮਹਿੰਦਰਪਾਲ ਹੁੰਦੀ ਉੱਥੇ ਜੀ ਰਾਜਮਾ ਕੁਲਚਾ ਖਾ ਚਣਾ ਕੁਲਚਾ ਖਾ ਡਿਪ ਕੁਲਚਾ ਖਾ ਜਿਹੜਾ ਮਰਜ਼ੀ ਕੁਲਚਾ ਮਾਰਨਾ ਜੀ ਮਾਰ ਜੀ ਨਾ ਮਾਰਨਾ ਭਰਾਵਾ ਡੈਡੀ ਕਿਲ ਕੀ ਹੈ ਸਾਰੇ ਮੋਮੋ ਇਕੱਲੇ ਖਾਈ ਆ ਜਿਹੜਾ ਠੇਕੇ ਜੀ ਮੇਰੇ ਕੋਲ ਪਹਿਲਾਂ ਲੈਣਾ ਲੱਗਣਾ ਉਹਦਾ ਮੈਂ ਪਿੱਤਾ ਪਾੜੀ ਨਾ ਅੱਜ ਮੀਂਹ ਲੱਗਣਾ ਲੈਣਾ ਪਹਿਲਾਂ ਮਾਂ ਦਾ ਚੂੰਡਾ ਤੇਰੀ ਦਾ ਦੂਈ ਵਾਰੀ ਵਾਲੀ ਗੱਲ ਕੀਤੀ ਨਾ ਟੋਟੇ ਟੋਟੇ ਕਰ ਦੇ ਉਹ ਸਾਨੂੰ ਟੇਡੀ ਟੇਡੀ ਤੱਕ ਦੀ ਤੂੰ ਉਹ ਸਾਨੂੰ ਟੇਡੀ ਟੇਡੀ ਤੱਕ ਦੀ ਤੂੰ ਮਾਰੇ ਬੈਠੀ ਆਓ ਉਹਦੀ ਟੈਨਸ਼ਨ ਨਹੀਂ ਲੈ ਉਹ ਉਸੇ ਵੀ ਖਾਣਾ ਭਾਲੀ ਲੈਣਾ ਭਰਾਵਾ ਅਗਰ ਤੁਸੀਂ ਮੇਰੇ ਅੰਗਰ ਪਾਰਟੀ ਬਣਾਉਣੀ ਆ ਆਉਂ ਤੇ ਬਸ ਇੱਕੋ ਗੱਲ ਆਖਣਾ ਚਾਹੁੰਦਾ ਆਰ ਐਸ ਪੁਰਾ ਇੱਕ ਦੁਕਾਨ ਹੈ ਭਾਅ ਦੀ ਹੱਟੀ ਉਹਦੀ ਦੁਕਾਨ ਰ ਜਾਓ ਰਸ ਮਲਾਈ ਖਾਓ ਕੰਨਾਂ ਲੱਸੀ ਪੀਓ ਦੱਬੀ ਹੈ ਫੇਰ ਤੱਕੋ ਕਿੰਨੀਆਂ ਪਾਰਟੀ ਬਣਦੀ ਹੈ ਆਈ ਜਣੇ ਕਿਹ ਨਾਂ ਮੇਰਾ ਤੇਰਾ ਨਾਂ ਖੜਕ ਆਦੀ ਚੁੰਡਾ ਹੀ ਜਣੇ ਬੈਟਮੈਨ ਆਹ ਨਾ ਭਰਾਵਾ ਮੈਂ ਖੜਕ ਆਖਣਾ ਤੂੰ ਮੇਰੇ ਤਾਂ ਖੜਕੇ ਤੇ ਪੂਰੀ ਉਮਰ ਮੇਰੇ ਤਾਂ ਖੜਕ ਗਿਆ ਰੋਣਾ ਮਾਂ ਦੀ ਸਿਰੀ ਤੇਰੀ ਦੀ ਕਾਜਲ ਤੂੰ ਟਿਊਸ਼ਨ ਕੀ ਨਹੀਂ ਗਈ ਰੋਟੀ ਬਣਾਓ ਭਾਂਡੇ ਮਾਂਜੋ ਕਰੇ ਸਾਰੇ ਕੰਮ ਵੀ ਕਰੋ ਤੇ ਟਿਊਸ਼ਨ ਵੀ ਜਾਓ ਮੇਰੇ ਕੋਲ ਨਹੀਂ ਹੁੰਦੇ ਤੂੰ ਤੋ ਕੰਮ ਜਾ ਜੀ ਆ ਬੜ ਖੱਪੇ ਬਿੱਲਾ ਇੱਕ ਦਿਨ ਨਾਲ ਡਿੱਗ ਪਿਆ ਅੱਛਾ ਫੇਰ ਉਹ ਮੌਦੀ ਇਹਨਾਂ ਨਾਲ ਆ ਬਾਰ ਵੀ ਨਹੀਂ ਲਿਖਲਾ ਉਹ ਕੀ ਭਲਾ ਆਖਾਂ ਮੁਝ ਮਸਤ ਮਾਹੌਲ ਮੇ ਜੀਣੇ ਦੇ ਤੇਰੀ ਲਾੜੀ ਮੇਰੀ ਮਸ਼ੂਕ ਹੈ ਅਗਰ ਨਹੀਂ ਯਕੀਨ ਤੇ ਆਪਣੀ ਲਾੜੀ ਪੁੱਛ ਲੈ ਤੂੰ ਮਾਈਣਿਆ ਮੇਰੇ ਘਰ ਆਣੀ ਹੈ ਮੇਰੀ ਲਾੜੀ ਆਪਣੀ ਮਸ਼ੂਕ ਖਾ ਪਹਿਲਾ ਪਜਾਮਾ ਕੁੜਤਾ ਪਾਈ ਗੱਡੀ ਚਲਾ ਹਾ ਫੇਰ ਕੀ ਹੋਇਆ ਤੁਸੀਂ ਪ੍ਰਭਾ ਨਾਕੇ ਪੁਲਿਸ ਵਾਲੇ ਰੋਕ ਲਿਆ ਆਖੇ ਸੀਟ ਬੈਲਟ ਕੀ ਨਹੀਂ ਪਾਈ ਦੀ ਹੈ ਫੇਰ ਕੀ ਹੋਇਆ ਆਖਾ ਪਜਾਮੇ ਕਹਿੰਦਾ ਵੀ ਕੋਈ ਬੈਲਟ ਪਾਉਂਦਾ ਗੇ ਯਾਰ ਹੌਟਸਪੋਟ ਲੈਤਾ ਤੇਰਾ 5 ਮਿੰਟ ਮਾਂ ਦਾ ਚੂੰਡਾ ਤੇਰੀ ਦਾ ਸਾਰਾ ਡਾਟਾ ਮਗਾਇਆ ਤੂੰ ਮੇਰਾ ਸ਼ੋਕੇ ਵੀਰ ਦੀ ਗੱਪ ਸੁਣ ਸੁਣਾ ਅੱਲੇ ਸ਼ੋਕਾ ਵੀਰ ਮੇਰੇ ਕੋਲ ਆਇਆ ਆਖਾਂ ਮੈਂ ਆਪਣੀ ਮਸ਼ੂਕਾ ਫੋਨ ਚੁੱਕੇ ਲੈਂਦਾ ਉਹ ਕੀ ਭਲਾ ਆਖਾਂ ਮੇਰੀ ਮਸ਼ੂਕਾ ਸੀ ਤੂੰ ਮੇਰਾ ਫੋਨ ਨਹੀਂ ਚੁੱਕਦਾ ਤੁਸ ਮਾਈ ਜਣੇ ਟੈਨਸ਼ਨ ਨਹੀਂ ਲਾਓ ਹੈ ਜੰਮੂ ਚ ਬਿਜਲੀ ਲਵਾਉਣਾ ਮੇਰਾ ਕੰਮ ਰਿਹਾ ਆਊਂ ਹੁਣ ਅਗਰ ਚਿੱਠੀ ਲਿਖਣਾ ਮੋਦੀ ਕੀ ਦੇਖੋ ਪੈਨ ਮੇਰਾ ਇਹੀ ਚਿੱਠੀ ਪਾਣੀ ਨਾ ਮੋਦੀ ਕੀ ਪੂਰੀ ਉਮਰ ਬਿਜਲੀ ਬੰਦ ਨਹੀਂ ਹੋਣ ਲੱਗੀ ਜੰਮੂ ਚ ਇਹ ਵਾਅਦਾ ਮੇਰਾ ਤੁਹਾਡੇ ਕੰਨਾ ਤੂੰ ਕੀ ਇੱਕ ਬਿੱਲੇ ਗੱਪ ਸੁਣਾ ਸੁਣਾ ਕੱਲ ਮੈਂ ਬਿੱਲੇ ਪੁੱਛਿਆ ਤੂੰ ਉਧਮਪੁਰ ਜੀ ਕਹਿੰਦੇ ਮਾਮਿਆਂ ਕੁਲਚਾ ਖਾਦਾ ਫੇਰ ਕੀ ਆਖਿਆ ਬਿੱਲਣਾ ਆਖਾਂ ਮੇਰਾ ਮਾਮਾ ਦੇ ਪਛਾਣ ਹੁੰਦਾ ਰੋਈ ਰੋਈ ਬੱਤੀ ਬੰਦ ਹੋਈ ਆਈ ਮਾਈ ਜਣੀ ਮੀਂਹ ਆਪਣੇ ਖੇਤਰਾਂ ਪਾਣੀ ਲਾਣਾ ਹਾਂ ਅਜੇ ਤੱਕ ਖੇਤਰਾਂ ਪਾਣੀ ਨਹੀਂ ਲੱਗਿਆ ਚੱਲ ਯਾਰ ਨਹਿਰਾਂ ਨਾ ਜਾਚੇ ਬੜੀ ਗਰਮੀ ਲੱਗਾ ਹੈ ਉਹ ਜਾ ਯਾਰ ਟਕਾਈ ਕਰ ਮੈਂ ਕੱਛਾ ਨਹੀਂ ਪਾਇਆ ਅੰਦਰੋਂ ਕੋਈ ਚੱਕਰ ਨਹੀਂ ਨੰਗੇ ਲਾਈ ਲੱਗੇ ਕਬੀਰ ਮਾਈ ਜਣੇ ਤੂੰ ਵੀ ਕੋਈ ਸ਼ਰਮ ਕਹਿੰਦੀ ਹੈ ਕਹਿਲੀ ਪੁੱਠ ਖਵਾਉਣਾ ਮੇਰੇ ਕੋਲ ਬੜ ਖੱਪੇ ਮਾਂ ਦੀ ਚੂੰਡਾ ਹੀ ਜਣੇ ਬੱਤੀ ਰੋਜ਼ ਬੰਦ ਹੋਈ ਜਾਂਦੀ ਕਦੇ ਬਿਜਲੀ ਆਦੀ ਕਦੇ ਜ਼ਿਆਦਾ ਚੱਕਰ ਕੇ ਆਏ ਜੰਮੂ ਦੇ ਲੋਕ ਪਰੇਸ਼ਾਨ ਹੋਈ ਦਿਨ ਇਹ ਗੱਲ ਸੁਣੀਏ ਦੁੱਖ ਨਹੀਂ ਹੁੰਦਾ ਦੁੱਖ ਹੁੰਦਾ ਲੋਕੀ ਗਰਮੀ ਲੱਗਦੀ ਹੈ ਨਹੀਂ ਲੱਗਦੀ ਜੀ ਬੜੀ ਗਰਮੀ ਲੱਗਦੀ ਜੰਮੂ ਚ ਬਿਜਲੀ ਆਉਣੀ ਚਾਹੀਦੀ ਜਾਂ ਨਹੀਂ ਬਿਲਕੁਲ ਆਉਣੀ ਚਾਹੀਦੀ ਮਗਰ ਜੰਮੂ ਚ ਬਿਜਲੀ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਆਉਂ ਕੀ ਕਰਾਂ ਸਾਨੂੰ ਇਹ ਸੁਣਾਓ ਸਾਰਿਆਂ ਕੋਲ ਯਾਰ ਸੋਹਣੀਆਂ ਕੁੜੀਆਂ ਕੁਦਰਾਂ ਹੀ ਨੇ
यार कुड़ियां तो सारिया का सोनिया होंगे मगर सारे को ज्यादा सोनिया कुड़िया ने नवे शहर नवे शहर कुड़िया अत ने अत आऊं सोचे हा कि अगर ब्याह करेंग ते नवे शहर करेंग नहीं ते आऊं पूरी उम्र कवारा का रोना है ते रंडे का मरी जाना। चल जी डंगरे पानी पिला मां आई जाना सारा दिन पबजी खेलता रहा पर डैडी की करा मां आउट हो जाना मी फोन छड़ना तो या नहीं डैडी खड़ो यार फोन छड़ मई जाने डैडी नहीं और नहीं डैडी और डैडी बंदा ये किल कर लेंदे। चलो अज कठे हो सुम चलने राजू की पम्मी जान उन्हें स्विमिंग पूल भी बनाया नहीं जाना बाद चूंटे इन्हें दोबारा इन गलें आखिया न्यूट्रिकुल चाहना तुम्हें खाना टेंशन नहीं लाओ है हूं मंगवाना न्यूट्रिकुल चा सुगंध फास्ट फूड आने को मंगवाना न्यूट्रिकुल चा देखो हूं फोन करना गांधीनगर देख कि आता कुल चा हैलो कल मी तेरे बात मैं कुछ